resistors connected in series ਇਹਦੇ ਵਿੱਚ ਕੀ ਹੁੰਦਾ ਅਲੱਗ-ਅਲੱਗ ਰੈਜ਼ਿਸਟਰਸ ਨੂੰ ਸੀਰੀਜ਼ ਵਿੱਚ ਜੋੜਿਆ ਹੋਇਆ ਤਾਂ ਉਹਨਾਂ ਦੇ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਵੀ ਅਲੱਗ-ਅਲੱਗ ਆਊਗੀ V1 V2 V3 ਪਰ ਇਹਦੇ ਵਿੱਚ ਕਰੰਟ ਫਲੋ ਕਰ ਰਿਹਾ ਜਿਹੜਾ ਉਹ ਸੇਮ ਆ ਉਹ I ਆ ਠੀਕ ਆ ਤਾਂ ਜਦੋਂ ਓਮਜ਼ ਲਾਅ ਅਪਲਾਈ ਕੀਤਾ ਇਹਦੇ ਵਿੱਚ ਓਮਜ਼ ਲਾਅ ਕਿੰਦਾ V IR ਫਰਸਟ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ V1 IR1 I1 ਕਿਉਂ ਨਹੀਂ ਲਿਖਿਆ ਕਿਉਂਕਿ ਕਰੰਟ ਸੇਮ ਆ I ਸਾਰਿਆਂ ਵਿੱਚ ਸੇਮ ਆ v ਦੀ ਵੈਲਿਊ ਚੇਂਜ ਹੋ ਰਹੀ ਹੈ v1 v2 v3 r ਦੀ ਰੈਜ਼ਿਸਟਰਸ ਦੀ r1 r2 r3 v i r ਇਹ ਕੀ ਸੀ ਓਮਸ ਲਾਅ ਤੇ ਇਹ ਹੈਗਾ ਫਸਟ ਸੈਕਿੰਡ ਥਰਡ ਦਾ ਤੇ ਟੋਟਲ ਦਾ ਕੀ ਹੋਊਗਾ v i r r ਦੇ ਨਾਲ s ਲਿਖਦਾ s ਮਤਲਬ ਕਨੈਕਟਡ ਇਨ ਸੀਰੀਜ਼ ਵਿੱਚ ਆ ਹੈ ਤਾਂ ਜਦੋਂ ਸਮ ਕੀਤਾ v1 ਸਾਰੇ ਪੋਟੈਂਸ਼ੀਅਲ ਡਿਫਰੈਂਸ ਦਾ ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦੇਣੀ ਆ v v ਦੀ ਵੈਲਿਊ ਹੋ ਗਈ i r ਐਸ ਉਹ ਲਿਖਤੀ ਵੀ 1 ਦੀ ਆਈ ਆਰ 1 ਵੀ 2 ਦੀ ਆਈ ਆਰ 2 ਤੇ ਵੀ 3 ਦੀ ਆਈ ਆਰ 3 ਇਹਨਾਂ ਵਿੱਚੋਂ ਆਈ ਆ ਕਾਮਨ ਕੱਢ ਲੈਣੀ ਹੈ ਬਾਹਰ ਵਿੱਚ ਕੀ ਰਹਿ ਗਿਆ ਆਰ 1 ਆਰ 2 ਆਰ 3 ਆਈ ਨਾਲ ਆਈ ਕੈਨਸਲ ਆਰ ਐਸ ਕਿੰਨਾ ਆ ਗਿਆ ਆਰ 1 ਆਰ 2 ਆਰ 3 ਫਰ ਰੈਜ਼ਿਸਟਰਸ ਇਨ ਪੈਰਲਲ ਵਾਲੇ ਕੇਸ ਵਿੱਚ ਆਰ 1 ਆਰ 2 ਆਰ 3 ਇਹ ਤਿੰਨੋਂ ਰੈਜ਼ਿਸਟਰਸ ਪੈਰਲਲ ਹੋ ਲੱਗੇ ਹੋਣਗੇ ਤੇ ਇਥੇ ਇੱਕ ਵਾਇਰ ਨਾਲ ਕਨੈਕਟ ਹੋ ਰਹੇ ਨੇ ਇਹਨਾਂ ਵਿੱਚੋਂ ਕਰੰਟ ਦੀ ਵੈਲਿਊ ਅਲੱਗ-ਅਲੱਗ ਜਾਊਗੀ ਇਹਦੇ ਵਿੱਚ i1 ਇਹਦੇ ਵਿੱਚ i2 ਇਹ ਚ i3 ਪਰ ਪੋਟੈਂਸ਼ੀਅਲ ਡਿਫਰੈਂਸ ਸੇਮ ਹੈ ਇਹਨਾਂ ਦਾ ਇਹਦੇ ਵਿੱਚ ਕੀ ਕਰਨਾ ਹੈ ਓਮਜ਼ ਲਾਅ ਤੋਂ ਓਮਜ਼ ਲਾਅ ਕਿੰਦਾ v ir ਇਥੋਂ i ਦੀ ਵੈਲਿਊ ਕੱਢ ਲੈਣੀ ਆ i v r ਜੇਕਰ ਫਰਸਟ ਕਰੰਟ ਲਈ ਆ i1 ਦੇ ਲਈ ਤਾਂ ਕੀ ਵੈਲਿਊ ਹੋਊਗੀ i1 v r1 i2 ਦੇ ਲਈ v r2 i3 ਦੇ ਲਈ v r3 ਤੇ ਟੋਟਲ ਲਈ i v rp rp ਮਤਲਬ ਪੈਰਲਲ ਠੀਕ ਆ ਤਾਂ ਇਹਦੇ ਵਿੱਚ ਸਮ ਕਰ ਦੇਣਾ ਉਹਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਦਾ ਸਮ ਕੀਤਾ ਸੀ ਇਹਦੇ ਵਿੱਚ ਪੈਰਲਲ ਵਾਲੇ ਕੇਸ ਵਿੱਚ ਕਰੰਟ ਦੇ ਵੈਲਿਊਜ਼ ਦਾ ਸਮ ਕਰ ਦੇਣਾ I ਦੀ ਵੈਲਿਊ ਹੈਗੀ ਆ V RP ਪੁੱਟ ਕਰਤੀ I1 ਦੀ V R1 ਉਹ ਪੁੱਟ ਕਰਤੀ I2 ਦੀ V R2 ਉਹ ਪੁੱਟ ਕਰਤੀ I3 ਦੀ V R3 ਇਹਦੇ ਵਿੱਚੋਂ V ਕਾਮਨ ਕੱਢ ਲੈਣਾ ਕੀ ਰਹਿ ਗਿਆ ਫਿਰ 1 R1 1 R2 1 R3 V ਤਾਂ ਬਾਹਰ ਕਾਮਨ ਕੱਢ ਲਿਆ V ਨਾਲ V ਹੋ ਗਿਆ ਕੈਨਸਲ ਰਹਿ ਗਿਆ 1 RP 1 R1 1 R2 1 upon. ਨੈਕਸਟ ਟੌਪਿਕ ਇਹਦੇ ਵਿੱਚ ਓਮਜ਼ ਲਾ ਓਮਜ਼ ਲਾ ਕੀ ਹੈ ਇਟ ਸਟੇਟਸ ਦੈਟ ਦ ਕਰੰਟ ਪਾਸਿੰਗ ਥਰੂ ਅ ਕੰਡਕਟਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ ਇਟਸ ਐਂਡਸ ਪ੍ਰੋਵਾਈਡਡ ਦ ਟੈਂਪਰੇਚਰ ਐਂਡ ਅਦਰ ਫਿਜ਼ੀਕਲ ਕੰਡੀਸ਼ਨਸ ਰਿਮੇਨ ਅਨਚੇਂਜਡ ਕਹਿੰਦੇ ਕਿ ਕਰੰਟ ਕਰੰਟ ਦਾ ਸਿੰਬਲ ਹੁੰਦਾ i ਕਿਸੇ ਕੰਡਕਟਰ ਵਿੱਚੋਂ ਪਾਸ ਹੋ ਰਿਹਾ ਕਰੰਟ ਕੀ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਪੋਟੈਂਸ਼ੀਅਲ ਡਿਫਰੈਂਸ ਦੇ ਕਰੰਟ ਆਈ ਹੁੰਦਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਪੋਟੈਂਸ਼ੀਅਲ ਡਿਫਰੈਂਸ ਦੇ ਅਕ੍ਰੋਸ ਇਟਸ ਐਂਡਸ ਪ੍ਰੋਵਾਈਡਡ ਤੇ ਕੰਡੀਸ਼ਨਸ ਕੀ ਰੱਖਿਆ ਕਿ ਟੈਂਪਰੇਚਰ ਤੇ ਹੋਰ ਫਿਜ਼ੀਕਲ ਕੰਡੀਸ਼ਨਸ ਜਿਵੇਂ ਪ੍ਰੈਸ਼ਰ ਹੋ ਗਿਆ ਉਹ ਕੀ ਹੋਣਗੇ ਅਨਚੇਂਜਡ ਰਹਿਣਗੇ ਤੈਨੂੰ ਲਿਖ ਸਕਦੇ ਆ ਵੀ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਈ ਹੁਣ ਪ੍ਰੋਪੋਰਸ਼ਨਲ ਦਾ ਸਾਈਨ ਹਟਾਉਣ ਲਈ ਨਾਲ ਕੋਈ ਕਨਸਟੈਂਟ ਵੈਲਿਊ ਆਊਗੀ ਤਾਂ ਕੀ ਹੋ ਗਿਆ ਵੀ ਇਸ ਇਕੁਅਲ ਟੂ ਆਈ ਤਾਂ ਹੈਗਾ ਨਾਲ ਆ ਗਿਆ ਆਰ ਆਰ ਇਜ਼ ਕਨਸਟੈਂਟ ਆਫ ਪ੍ਰੋਪੋਰਸ਼ਨੈਲਟੀ ਇਹਨੂੰ ਰੈਜ਼ਿਸਟੈਂਸ ਕਹਿੰਦੇ ਆ ਰਿਸਿਸਟੈਂਸ ਕੀ ਹੁੰਦਾ ਉਹ ਵਾਲੀ ਪ੍ਰੋਪਰਟੀ ਹੁੰਦੀ ਹੈ ਕੰਡਕਟਰ ਦੀ ਜਿਹੜੀ ਅਪੋਜ਼ ਕਰਦੀ ਆ ਫਲੋ ਆਫ ਕਰੰਟ ਕਰੰਟ ਦੇ ਫਲੋ ਨੂੰ ਅਪੋਜ਼ ਕਰਦੀ ਆ ਰੁਕਾਵਟ ਪਾਉਂਦੀ ਆ ਤੇ ਰਿਸਿਸਟੈਂਸ ਡਿਪੈਂਡ ਕੀਤੇ ਕਰਦੀ ਆ ਕਿ ਨੇਚਰ ਕੰਡਕਕਟਰ ਦਾ ਨੇਚਰ ਕਿਦਾਂ ਦਾ ਟੈਂਪਰੇਚਰ ਤੇ ਤੇ ਡਾਈਮੈਂਸ਼ਨ ਡਾਈਮੈਂਸ਼ਨਸ ਲੈਂਥ ਏਰੀਆ ਹੋ ਗਿਆ ਜਿਵੇਂ ਇਥੋਂ ਰਿਸਿਸਟੈਂਸ ਦੀ ਵੈਲਿਊ ਕੱਢ ਸਕਦੇ ਆ ਆਰ ਇਕੁਅਲ ਟੂ ਵੀ ਅਪਨ ਆਈ ਜੇ கரੰਟ ਫਾਈਂਡ ਕਰਨਾ ਹੋਊਗਾ ਤਾਂ i is equal to v upon r ਇਹਦੀ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਕਨੈਕਟ ਐਨ ਐਮਮੀਟਰ ਬੈਟਰੀ ਕੀ ਐਂਡ ਰੀਓਸਟੈਟ ਐਮਮੀਟਰ ਬੈਟਰੀ ਕੀ ਤੇ ਰੀਓਸਟੈਟ ਇਹਨਾਂ ਨੂੰ ਕਨੈਕਟ ਕਰੋ ਰੀਓਸਟੈਟ ਕੀ ਹੁੰਦਾ ਵੈਰੀਏਬਲ ਰੈਜ਼ਿਸਟੈਂਸ ਹੁੰਦਾ ਜਿਹਦੇ ਵਿੱਚ ਰੈਜ਼ਿਸਟੈਂਸ ਦੀ ਵੈਲਿਊ ਚੇਂਜ ਕਰ ਸਕਦੇ ਆ ਪੁੱਟ ਦਾ ਪਲੱਗ ਇਨ ਦਾ ਕੀ ਹੁਣ ਇਹਦੇ ਵਿੱਚ ਪਲੱਗ ਲਗਾਣਾ ਹੈ ਰੀਡ ਦਾ ਵੈਲਿਊ ਆਫ ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ ਰੈਜ਼ਿਸਟਰ ਆਰ ਵਿਦ ਦਾ ਹੈਲਪ ਆਫ ਵੋਲਟਮੀਟਰ ਵੀ ਐਂਡ ਦਾ ਕਰੰਟ ਫਲੋਇੰਗ ਥਰੂ ਦਾ ਰੈਜ਼ਿਸਟਰ ਵਿਦ ਦਾ ਹੈਲਪ ਆਫ ਐਮਮੀਟਰ ਵੋਲਟਮੀਟਰ ਜਿਹੜਾ ਕਨੈਕਟ ਕੀਤਾ ਇਹਦੇ ਰਾਹੀਂ ਆਪਾਂ ਕਿਹੜੀ ਵੈਲਿਊ ਮੈਜ਼ਰ ਕਰਦੇ ਹੁੰਨੇ ਆ ਪੋਟੈਂਸ਼ੀਅਲ ਡਿਫਰੈਂਸ ਦੀ ਤੇ ਐਮਮੀਟਰ ਦੇ ਥਰੂ ਕਰੰਟ ਦੀ ਵੈਲਿਊ ਕਰੰਟ ਮੈਜ਼ਰ ਕਰਦੇ ਨੇ ਤੇ ਜੋ ਰੀਡਿੰਗਸ ਆਉਣਗੀਆਂ ਉਹ ਨੋਟ ਕਰੀ ਜਾਣੀਆਂ ਆ ਵੋਲਟਮੀਟਰ ਤੇ ਐਮੀਟਰ ਤੋਂ ਤੇ ਫਿਰ ਗ੍ਰਾਫ ਡਰਾ ਕਰਨਾ ਐਕਸ ਐਕਸਿਸ ਦੇ ਅਲੋਂਗ ਪੋਟੈਂਸ਼ੀਅਲ ਡਿਫਰੈਂਸ ਤੇ ਵਾਈ ਐਕਸਿਸ ਦੇ ਅਲੋਂਗ ਕਰੰਟ ਇੱਥੇ ਵੈਲਿਊਜ਼ ਲਿਖ ਦੇਣੀਆਂ ਨੇ ਤੇ ਜੋ ਆਪਣੀ ਰੀਡਿੰਗ ਆਉਣਗੀਆਂ ਉਹ ਆਪਾਂ ਇੱਥੇ ਪੁਆਇੰਟ ਲਗਾਏ ਜਾਣਾ ਕਿ ਕਿੰਨੇ ਤੇ ਆ ਰਹੀ ਆ ਠੀਕ ਆ ਤੇ ਗ੍ਰਾਫ ਸਟ੍ਰੇਟ ਲਾਈਨ ਆਊਗਾ ਜੇਕਰ ਗ੍ਰਾਫ ਸਟ੍ਰੇਟ ਲਾਈਨ ਆ ਰਿਹਾ ਤਾਂ ਓਮਜ਼ ਲਾਅ ਵੈਰੀਫਾਈ ਹੋ ਰਿਹਾ ਅਗਰ ਨਹੀਂ ਆ ਰਿਹਾ ਤਾਂ ਓਮਜ਼ ਲਾਅ ਵੈਰੀਫਾਈ ਨਹੀਂ ਹੋ ਰਿਹਾ ਨੈਕਸਟ ਟਾਪਿਕ ਫੈਕਟਰਸ ਔਨ ਵਿਚ ਦ ਰੈਜ਼ਿਸਟੈਂਸ ਆਫ ਅ ਕੰਡਕਟਰ ਡਿਪੈਂਡਸ ਫੈਕਟਰਸ ਜਿਨ੍ਹਾਂ ਕਿੰਨਾ ਤੇ ਰੈਜ਼ਿਸਟੈਂਸ ਆ ਜਿਹੜੀ ਕੰਡਕਟਰ ਦੀ ਉਹ ਡਿਪੈਂਡ ਕਰਦੀ ਆ ਉਹ ਕਾਰਕ ਜਿਨ੍ਹਾਂ ਉਤੇ ਕਿਸੇ ਚਾਲਕ ਦਾ ਪ੍ਰਤੀਰੋਧ ਨਿਰਭਰ ਕਰਦਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਪੜਨਾ it is observed that the ammeter reading decreases to 1 half when the length of the wire is doubled jadon apa ਵਾਇਰ ਦੀ ਲੈਂਥ ਨੂੰ ਡਬਲ ਕਰਤਾ ਤਾਂ ਉਹਦੇ ਐਮੀਟਰ ਰੀਡਿੰਗ ਆ ਜਿਹੜੀ ਘਟ ਜੂਗੀ 1 ਹਾਫ ਤੱਕ ਦ ਐਮੀਟਰ ਰੀਡਿੰਗ ਇਜ਼ ਇਨਕਰੀਜ਼ਡ ਵੈਨ ਅ ਥਿਕਰ ਵਾਇਰ ਆਫ ਸੇਮ ਮਟੀਰੀਅਲ ਐਂਡ ਆਫ ਸੇਮ ਲੈਂਥ ਇਜ਼ ਯੂਜ਼ਡ ਇਨ ਸਰਕਟ ਐਮੀਟਰ ਦੀ ਰੀਡਿੰਗ ਵੱਧ ਜੂਗੀ ਜਦੋਂ ਵਾਇਰ ਥਿੱਕਰ ਲੈ ਲਈ ਮੋਟੀ ਵਾਇਰ ਲੈ ਲਈ ਸੇਮ ਮਟੀਰੀਅਲ ਦੀ ਲਿੱਤੀ ਤੇ ਸੇਮ ਲੈਂਥ ਦੀ ਲਿੱਤੀ ਠੀਕ ਹੈ ਨੈਕਸਟ ਅ ਚੇਂਜ ਇਨ ਐਮੀਟਰ ਰੀਡਿੰਗ ਇਜ਼ ਆਬਜ਼ਰਵਡ ਕੈਨ ਥੋੜਾ ਜਿਹਾ ਚੇਂਜ ਚੇਂਜ ਆਬਜ਼ਰਵ ਕੀਤਾ ਗਿਆ ਐਮੀਟਰ ਦੇ ਵਿੱਚ ਵੈਨ ਅ ਵਾਇਰ ਆਫ ਡਿਫਰੈਂਟ ਮਟੀਰੀਅਲ ਆਫ ਸੇਮ ਲੈਂਥ ਐਂਡ ਐਂਡ ਦ ਸੇਮ ਏਰੀਆ ਆਫ ਕ੍ਰਾਸ ਸੈਕਸ਼ਨ ਇਜ਼ ਯੂਜ਼ਡ ਜਦੋਂ ਵਾਇਰ ਯੂਜ਼ ਕੀਤੀ ਗਈ ਹੋਰ ਮਟੀਰੀਅਲ ਦੀ ਡਿਫਰੈਂਟ ਮਟੀਰੀਅਲ ਦੀ ਪਰ ਲੈਂਥ ਸੇਮ ਪਹਿਲਾਂ ਜਿੰਨੀ ਲਿੱਤੀ ਤੇ ਉਨਾ ਹੀ ਏਰੀਆ ਆਫ ਕ੍ਰੋਸ ਸੈਕਸ਼ਨ ਦਿੱਤਾ ਤਾਂ ਉਦੋਂ ਵੀ ਐਮੀਟਰ ਰੀਡਿੰਗ ਚ ਕੁਝ ਚੇਂजेस ਦੇਖਿਆ ਗਿਆ ਐ ਐਮੀਟਰ ਰੀਡਿੰਗਸ ਚ ਕਦੇ-ਕਦੇ ਚੇਂजेस ਦੇਖਿਆ ਗਿਆ ਇੱਕ ਤਾਂ ਜਦੋਂ ਲੈਂਥ ਜਿਹੜੀ ਆ ਉਹ ਡਬਲ ਕਰਤੀ ਸੀ ਤੇ ਲੈਂਥ ਥਿੱਕਰ ਵਾਇਰ ਲੈ ਲਈ ਸੀ ਮੋਟੀ ਵਾਇਰ ਤੇ ਜਦੋਂ ਡਿਫਰੈਂਟ ਮਟੀਰੀਅਲ ਦੀ ਯੂਜ਼ ਕੀਤੀ ਵਾਇਰ ਤਾਂ ਰੈਜ਼ਿਸਟੈਂਸ ਕਿਤੇ-ਕਿਤੇ ਡਿਪੈਂਡ ਕਰਦੀ ਆ ਫਸਟ ਲੈਂਥ ਤੇ ਸੈਕੰਡ ਏਰੀਆ ਆਫ ਕ੍ਰੋਸ ਸੈਕਸ਼ਨ ਥਰਡ ਨੇਚਰ ਆਫ ਮਟੀਰੀਅਲ ਮੈਜ਼ਰਮੈਂਟਸ ਤੋਂ ਪਤਾ ਲੱਗਦਾ ਹੈ ਕਿ ਰੈਜ਼ਿਸਟੈਂਸ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ ਲੈਂਥ ਦੇ ਤੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਏਰੀਆ ਦੇ ਫਿਰ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਕੰਬਾਈਨ ਕਰ ਲਿਆ r ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ l ਅਪਾਨ a ਪ੍ਰੋਪੋਰਸ਼ਨਲ ਦਾ ਸਾਈਨ ਹਟਾਉਣ ਲਈ ਨਾਲ ਕਨਸਟੈਂਟ ਵੈਲਿਊ ਆਈ ਆ ਇਹਨੂੰ ਕਹਿੰਦੇ ਆ ਰੋ r h o ਇਹ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਆ ਤੇਨ ਕੀ ਕਹਿੰਦੇ ਇਲੈਕਟ੍ਰੀਕਲ ਰੈਜ਼ਿਸਟਿਵਿਟੀ ਆਫ ਦਾ ਮਟੀਰੀਅਲ ਆਫ ਕੰਡਕਟਰ ਇਹਦੀ ਐਸਆਈ ਯੂਨਿਟ ਹੁੰਦੀ ਆ ਓਹਮ ਮੀਟਰ ਰੈਜ਼ਿਸਟੈਂਸ ਦੀ ਹੁੰਦੀ ਆ ਓਹਮ ਇਹਨੂੰ ਓਹਮ ਕਹਿੰਦੇ ਆ ਓਹਮ ਦਾ ਸਿੰਬਲ ਆ ਇਹ ਠੀਕ ਆ ਇਹ ਰੈਜ਼ਿਸਟੈਂਸ ਦੀ ਯੂਨਿਟ ਹੁੰਦੀ ਆ ਤੇ ਰੋ ਰੋ ਹੁੰਦਾ ਰੈਜ਼ਿਸਟਿਵਿਟੀ ਇਹਦੀ ਐਸਆਈ ਯੂਨਿਟ ਹੋਗੀ ਓਹਮ ਮੀਟਰ ਰਿਜ਼ਿਸਟਿਵਿਟੀ ਕੀ ਹੁੰਦਾ ਕਿਸੇ 기ਵਨ ਮਟੀਰੀਅਲ ਦੀ ਰਿਜ਼ਿਸਟੈਂਸ ਨੂੰ ਮੈਜ਼ਰ ਕਰਨਾ ਕਹਿੰਦੇ ਕਿ ਮੈਟਲਸ ਜਾਂ ਐਲੋਇਜ਼ ਐਲੋਇਜ਼ ਮਿਕਸਚਰ ਹੁੰਦੇ ਆ ਐਲੀਮੈਂਟਸ ਦੇ ਮੈਟਲਸ ਜਾਂ ਐਲੋਇਜ਼ ਦੀ ਰਿਜ਼ਿਸਟਿਵਿਟੀ ਘੱਟ ਹੁੰਦੀ ਆ ਇੰਨੇ ਰੇਂਜ ਤੱਕ ਹੁੰਦੀ ਆ ਤੇ ਇਨਸੂਲੇਟਰਸ ਦੀ ਰਿਜ਼ਿਸਟਿਵਿਟੀ ਜ਼ਿਆਦਾ ਹੁੰਦੀ ਆ ਉਹਨਾਂ ਦੀ ਰੇਂਜ ਦਿੱਤੀ ਹੋਈ ਆ ਤੇ ਇਹਦੇ ਵਿੱਚ ਕੁਸ਼ਨ ਆ ਜਾਂਦਾ ਕਿ ਇਲੈਕਟ੍ਰਿਕ ਟੋਸਟਰ ਜਾਂ ਫਿਰ ਇਲੈਕਟ੍ਰਿਕ ਆਇਰਨ ਉਹਨਾਂ ਵਿੱਚ ਜਿਹੜੀ ਕੋਇਲ ਹੁੰਦੀ ਆ ਉਹ ਐਲੋਇ ਦੀ ਕਿਉਂ ਬਣੀ ਹੁੰਦੀ ਆ ਇੱਕ ਤਾਂ ਉਹਦਾ ਰੀਜ਼ਨ ਆ ਕਿ ਲੋ ਰੈਜ਼ਿਸਟਿਵਿਟੀ ਹੁੰਦੀ ਆ ਐਲੋਇ ਦੀ ਤੇ ਇੱਕ ਰੀਜ਼ਨ ਆ ਕਿ ਐਲੋਇਸ ਨੇ ਜਿਹੜੇ ਉਹ ਜਲਦੀ ਆਕਸੀਡਾਈਜ਼ ਨਹੀਂ ਹੁੰਦੇ ਉਹ ਬਰਨ ਨਹੀਂ ਹੁੰਦੇ ਜਲਦੀ ਹਾਈ ਟੈਂਪਰੇਚਰ ਤੇ ਇਹ ਡਿਫਰੈਂਟ ਡਿਫਰੈਂਟ ਮਟੀਰੀਅਲਸ ਦੀਆਂ ਰੈਜ਼ਿਸਟਿਵਿਟੀ ਦੀਆਂ ਵੈਲਿਊਜ਼ ਲਿਖੀਆਂ ਹੋਈਆਂ ਨੇ ਇਹ ਕੰਡਕਟਰਸ ਨੇ ਆ ਐਲੋਇਸ ਨੇ ਤੇ ਇਹ ਇਨਸੂਲੇਟਰਸ ਨੇ ਨੈਕਸਟ ਟਾਪਿਕ ਰੈਜ਼ਿਸਟੈਂਸ ਆਫ ਅ ਸਿਸਟਮ ਆਫ ਰੈਜ਼ਿਸਟਰਸ ਕਈ ਵਾਰ ਕੀ ਹੁੰਦਾ ਕਿ ਕਈ ਇਲੈਕਟ੍ਰੀਕਲ ਗੱਜਟਸ ਦੇ ਵਿੱਚ ਜਿਹੜੇ ਰੈਜ਼ਿਸਟਰ ਨੇ ਉਹ ਕੰਬਾਈਨ ਕਰਕੇ ਜੋੜੇ ਹੁੰਦੇ ਨੇ ਕੰਬਾਈਨ ਕਰਕੇ ਯੂਜ਼ ਕੀਤੇ ਹੁੰਦੇ ਆ ਤੇ ਉਹਨਾਂ ਦੀ ਜੋਇਨਿੰਗ ਟੂ ਮੈਥਡਸ ਨਾਲ ਹੁੰਦੀ ਆ ਇੱਕ ਕੈਜਿਸਟਰ ਹੁੰਦੇ ਆ ਸੀਰੀਜ਼ ਵਿੱਚ ਜੋੜੇ ਹੁੰਦੇ ਆ R1 R2 R3 ਅਲੱਗ-ਅਲੱਗ ਨੇ ਇਹਨਾਂ ਨੂੰ ਸੀਰੀਜ਼ ਵਿੱਚ ਜੋੜਿਆ ਹੋਇਆ ਤੇ ਇੱਕ ਪੈਰਲਲ R1 R2 R3 ਰੈਜ਼ਿਸਟਰਸ ਇਨ ਪੈਰਲਲ ਪੈਰਲਲ ਜੋੜੇ